ਮਨਿੰਦਰ ਸਿੰਘ ਦੁਆਰਾ ਲਿਖਤ ਤੇ ਰਚਨਾ ਕਲਪਨਾ ਦੀ ਉਡਾਰੀ ਦਾ ਕੋਈ ਅੰਤ ਨਹੀਂ ਹੁੰਦਾ ਬਹੁਤ ਵਾਰ ਕਿਸੇ ਚੀਜ਼ ਇਨਸਾਨ ਜਾਂ ਗੱਲ ਦੀ ਮਹੱਤਤਾ ਉਹਨਾਂ ਚ ਰਹੀ ਰਹਿੰਦੀ ਹੈ ਜਿੰਨਾ ਚਿਰ ਉਹ ਸਾਡੀ ਕਲਪਨਾ ਵਿੱਚ ਹੋਵੇ ਜੇ ਉਹ ਸਾਡੀਆਂ ਅੱਖਾਂ ਸਾਹਮਣੇ ਆ ਜਾਏ ਤਾਂ ਕਈ ਵਾਰ ਨਿਰਾਸ਼ ਹੋਣਾ ਪੈਂਦਾ ਹੈ ਮਨੁੱਖ ਜੋ ਕਿਸੇ ਸਮੇਂ ਹਵਾਈ ਜਹਾਜ਼ ਬਾਰੇ ਸੋਚ ਕੇ ਅਚੰਬੇ ਖਾਂਦਾ ਸੀ ਅੱਜ ਪੁਲਾੜੀ ਰਾਖਤਾ ਨੂੰ ਵੀ ਮਾਮੂਲੀ ਸਮਝਦਾ ਹੈ ਅਮਰੀਕੀ ਲੋਕਾਂ ਨੇ ਜਦੋਂ ਇੱਕ ਵਾਰ ਨਾਸਾ ਵੱਲੋਂ ਚੰਨ ਦੀ ਯਾਤਰਾ ਵੇਖ ਲਈ ਤਾਂ ਅਗਲੇ ਚੰਨ ਮਿਸ਼ਨਾਂ ਨੂੰ ਉਹ ਨੋ ਮੋਰ ਦੈਨ ਅ ਟ੍ਰਿਪ ਟੂ ਕੈਲੀਫੋਰਨੀਆ ਵਾਂਗ ਕਹਿਣ ਲੱਗ ਪਏ ਇਹ ਤਾਂ ਚਲੋ ਦੁਨਿਆਵੀ ਗੱਲ ਹੈ ਪਰ ਜਿੱਥੇ ਧਰਮ ਸ਼ਰਦਾ ਜਾਂ ਇਤਿਹਾਸ ਦੀ ਗੱਲ ਹੋਵੇ ਉੱਥੇ ਜਗਿਆਸੂ ਲਈ ਕਲਪਨਾ ਦੀ ਸ਼ਕਤੀ ਹੀ ਸਰਬ ਉੱਤਮ ਹੈ ਨਿੱਕੇ ਹੁੰਦਿਆਂ ਮੈਂ ਤੇ ਮੇਰਾ ਛੋਟਾ ਵੀਰ ਜਦੋਂ ਦਰਬਾਰ ਸਾਹਿਬ ਜਾਂਦੇ ਤਾਂ ਅਸੀਂ ਬਹੁਤੀ ਵਾਰ ਅਜੈਬ ਘਰ ਚਲੇ ਜਾਣਾ ਜਦੋਂ ਖੇਠਾਂ ਲਿਖੇ ਇਤਿਹਾਸ ਨੂੰ ਉੱਤੇ ਲੱਗੀ ਤਸਵੀਰ ਨਾਲ ਜੋੜਨਾ ਤਾਂ ਸੋਚ ਦੇ ਘੋੜੇ ਆਪੇ ਦੌੜਨ ਲੱਗ ਜਾਣੇ ਬੇੜੀਆਂ 'ਚ ਜਕੜੇ ਭਾਈ ਬਾਦ ਸਿੰਘ ਨੂੰ ਫਾਰੂਕਸियर ਦਾ ਲਲਕਾਰਨਾ ਤੇ ਭਾਈ ਬਾਦ ਸਿੰਘ ਦਾ ਕਹਿਣਾ ਕਿ ਮੇਰੇ ਇੱਕ ਹੱਥ ਦੀ ਬੇੜੀ ਖੋਲ ਫਿਰ ਮੈਂ ਦੱਸਦਾ ਕੇ ਬਾਜ ਸਿੰਘ ਕੌਣ ਹੈ ਪਲ ਚਹੀ ਦਿਨ ਚਾਰ ਮੁਗਲ ਸਿਪਾਈਆਂ ਦੀ ਢੇਰੀ ਤਖਤ ਤੋਂ ਭੱਜਦਾ ਹੋਇਆ ਫਾਰਕ ਸੇਰ ਤੇ ਹੱਥ 'ਚ ਕਿਰਪਾਨ ਫੜੀ ਅੱਗੇ ਵਧਦਾ ਹੋਇਆ ਭਾਈ ਬਾਜ ਸਿੰਘ ਇੱਕ ਦ੍ਰਿਸ਼ ਤੇ ਚਾਰ ਲਫ਼ਜ਼ਾਂ ਦੀ ਲਿਖਤ ਹੀ ਕਾਫੀ ਹੈ ਕਿਸੇ ਨੂੰ ਖਾਲਸੇ ਦਾ ਅਸਲ ਦਿਖਾਉਣ ਲਈ ਧੰਨਵਾਦ